ਅਸਲਾਮ ਅਲੈਕੁਮ ਜੀ। ਅੱਜ ਮੈਂ ਤੁਹਾਨੂੰ ਆਪਣੇ ਬਚਪਨ ਦੇ ਜਿਹੜੇ ਦੋਸਤ ਨੇ, ਕੱਚੀ ਪੱਕੀ ਤੋਂ ਲੱਗ ਕੇ ਅੱਠਵੀਂ ਤੱਕ ਜਿਨ੍ਹਾਂ ਨਾਲ ਮੈਂ ਪੜ੍ਹਿਆ, ਉਹਨਾਂ ਦਾ ਗੈੱਟ ਟੂਗੈਦਰ ਰੱਖੀ ਹੈ। ਅਤੇ ਇਹ ਬੇਸਿਕਲੀ ਜ਼ਿੰਦਗੀ ਦਾ ਸਰਮਾਇਆ ਹੁੰਦੇ ਨੇ ਇਹ ਦੋਸਤ, ਬਚਪਨ 'ਚ ਮਿਲੇ ਹਾਂ ਤਾਂ ਹੁਣ ਅਸੀਂ 45 ਸਾਲ ਬਾਅਦ ਬੁਢਾਪੇ 'ਚ ਇਹਨਾਂ ਨੂੰ ਅਕਸਰ ਨੂੰ ਮਿਲੇ ਹਾਂ। ਬੜਾ ਮਜ਼ਾ ਆਇਆ, ਬੜੀ ਗੁਫ਼ਤਗੂ ਹੋਈ ਹੈ, ਬੜਾ ਪਿਆਰੇ ਖਿਆਲਾਤ ਹੋਏ ਨੇ, ਬਚਪਨ ਦੀਆਂ ਯਾਦਾਂ ਤਾਜ਼ੀਆਂ ਹੋਈਆਂ ਨੇ। ਇਹ ਉਹ ਲਮਹਾਤ ਨੇ ਜਿਹੜੇ ਤੁਹਾਨੂੰ ਹਮੇਸ਼ਾ ਜ਼ਿੰਦਗੀ ਯਾਦ ਰਹਿੰਦੇ ਨੇ ਔਰ ਤੁਹਾਨੂੰ ਖੁਸ਼ੀ ਦਿੰਦੇ ਨੇ। ਉਹ ਬਕੌਲ ਇੱਕ ਗੋਰੇ ਦੇ, ਉਹਨੇ ਮੈਨੂੰ ਕਿਹਾ ਸੀ ਕਿ ਇਨਸਾਨ ਨੂੰ ਆਪਣੇ ਅੰਦਰ ਇੱਕ ਬੱਚਾ ਜ਼ਿੰਦਾ ਰੱਖਣਾ ਚਾਹੀਦਾ, ਉਹ ਉਹਨੂੰ ਖੁਸ਼ੀ ਦਿੰਦਾ। ਇਹ ਦੇਖੋ ਸਾਰੇ ਬਾਈ ਲੋਕ ਜਮ੍ਹਾਂ ਨੇ 66 ਚੱਕ ਤੋਂ ਪੁਰਾਣੇ ਪੁਰਾਣੇ ਚਿਹਰੇ। ਇਹ ਮੁਹੰਮਦ ਮਹਿਲੀ ਹੈ, ਮੁਹੰਮਦ ਮਹਿਲੀ ਮਸ਼ਹੂਰ ਜ਼ਮਾਨਾ, ਇਸ ਨੂੰ ਤਾਂ ਹਰ ਬੰਦਾ ਹੀ ਜਾਣਦਾ। ਇਹ ਮੁਹੰਮਦ ਇਕਬਾਲ ਫਰਮ ਚਕਵਾਲ 66 ਚੱਕ। ਇਹ ਜਨਾਬ ਆਸਫ ਕਿਵਾਲ ਫਰਾਮ 66 ਚੱਕ। ਤੇਰਾ ਯਾਰ ਨਿੱਕਾ, ਮੈਂ ਨਾਂ ਨਹੀਂ ਯਾਦ ਰੱਖ, ਫਿਆਜ਼। ਹਾਂ, ਅਸਲ 'ਚ ਯਾਰ ਤੂੰ ਸਾਡੇ ਤੋਂ ਬੜਾ ਨਿੱਕਾ, ਇਸ ਵਾਸਤੇ ਨਾ। ਇਹ ਜਨਾਬ ਮੁਹੰਮਦ ਅਮਰ, ਅੱਜ ਕੱਲ੍ਹ ਦਾ ਅਮਰ, ਅਸਲੀ ਉਮਰ ਆਜ਼ਾਦ। ਇਹ ਜਨਾਬ ਕੋਟੋ ਨੇ, ਤੁਹਾਡਾ ਨਾਂ ਕੀ ਹੈ ਜੀ? ਫਿਆਜ਼, ਦੋ ਫਿਆਜ਼। ਇਹ ਜਨਾਬ ਲਲਾਣੀ ਦੇ ਨਿਜਾਜ਼ ਸਾਹਿਬ, ਅਤੇ ਇਹ ਅਸੀਂ ਹਾਂ ਜਨਾਬ, ਦੇਖ ਗਏ। ਇਹ ਜਨਾਬ ਸਾਡੇ ਛੋਟੇ ਹੁੰਦਿਆਂ ਦੇ ਦੋਸਤ ਯਾਰ ਜਮਾਤੀ ਸਾਰੇ ਜਮ੍ਹਾਂ ਨੇ, ਗੁਲਾਮ ਮੁਹੰਮਦ ਮਹਿਲੀ, ਮੁਹੰਮਦ ਇਫਤਖਾਰ। ਨਹੀਂ ਮੈਂ ਇੱਧਰ ਦੇਖ, ਹੱਥ ਥੱਲੇ ਕਰਕੇ ਗੱਲ ਕਰ, ਆਪਣੇ ਦਰਸ਼ਨ ਕਰਾ, ਔਰਾਂ ਦਰਸ਼ਨ ਕਰਾ ਬਈ। ਅਖਤਰ ਹਸਨੈਨ ਆ, ਦਰਸ਼ਨ ਕਰਾ, ਡਿੰਗੀ ਟੋਪੀ ਆ ਲਿਆ। ਇਹਨੂੰ ਜਾਣਦੇ ਹੋ ਅਖਤਰ ਹਸਨੈਨ ਨੂੰ? ਮੇਰਾ ਚੈਨਲ ਸਬਸਕ੍ਰਾਈਬ ਕੀਜੀਏ, ਸ਼ੇਅਰ ਕੀਜੀਏ, ਸ਼ੁਕਰੀਆ।